एक पासे बीजेपी का पंजाब दे विच वड्डे पद्धर ते विरोध चल रहा कैप्टन साहब, किस तरह देखते हो तुसी शामिल हो गए हो पिंडां दे विच वड़ने दिता जा रहा, तुसी की सोच के शामिल होए हो बीजेपी च? भारतीय जनता पार्टी बहुत अच्छी पार्टी आ, सीनियर पार्टी आ और भारत दे विच ते शर्त ही तुसी बीजेपी शामिल होए हो कि खेतीबाड़ी कानून रद्द कराने पहले? बिल्कुल बिल्कुल, मैं इसे करके ये नौजवान होया। ਰੱਦ ਨਹੀਂ ਕਰਦੇ ਤਾਂ ਫਿਰ ਛੱਡ ਦੋਗੇ ਪਾਰਟੀ? ਨਹੀਂ, ਐਡੀ ਜਲਦੀ ਤਾਂ ਨਹੀਂ, ਹੁਣ ਮੈਂ ਅੱਜ ਸਰੋਪਾ ਪਾਇਆ ਅੱਜ ਹੀ ਛੱਡਦਾ, ਇਹ ਤਾਂ ਨਹੀਂ ਹੋ ਸਕਦਾ। ਇਹ ਨਹੀਂ ਹੋਣ ਦਊਂਗਾ ਇਹੋ ਜਿਹਾ ਕੰਮ, ਮੈਂ ਖਿੱਚ ਦੂੰਗਾ। ਜਿਹੜੇ ਨਜਾਇਜ਼ ਹੀ ਪਰਚੇ ਦਰਜ ਹੁੰਦੇ ਆ ਨਾ, ਜੇ ਦਾਸ ਨੂੰ ਟਿਕਟ ਮਿਲ ਵੀ ਗਈ ਤਾਂ ਵੀ ਹਿਲਾ ਕੇ ਰੱਖ ਦੂੰਗਾ, ਸਿੱਧੀ ਜੀ ਗੱਲ ਆ। ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨ ਹੀ ਮਿਲ ਕੇ ਆਏ ਨੇ ਅਮਿਤ ਸ਼ਾਹ ਹੁਣਾਂ ਨੂੰ, ਕਿਆ ਸਰਾਈਆਂ ਚੱਲ ਰਹੀਆਂ ਸੀ ਕਿ ਬੀਜੇਪੀ ਸ਼ਾਮਲ ਹੋ ਰਹੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਨਹੀਂ ਹੋਏ, ਕੈਪਟਨ ਬਲੌਰ ਸਿੰਘ ਸ਼ਾਮਲ ਹੋ ਗਏ ਨੇ? ਗੱਲਬਾਤ ਕਰਦੇ ਹਾਂ, ਬੀਜੇਪੀ ਦੇ ਵਿੱਚ ਤੁਸੀਂ ਸ਼ਾਮਲ ਹੋ ਗਏ ਹੋ, ਇੱਕ ਪਾਸੇ ਬੀਜੇਪੀ ਦਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਚੱਲ ਰਿਹਾ ਕੈਪਟਨ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸ਼ਾਮਲ ਹੋ ਗਏ ਹੋ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ, ਤੁਸੀਂ ਕੀ ਸੋਚ ਕੇ ਸ਼ਾਮਲ ਹੋਏ ਹੋ ਬੀਜੇਪੀ 'ਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਪ੍ਰੀ ਪੰਜਾਬ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੋ ਤੁਸੀਂ ਦਾਸ ਦੀ ਇੰਟਰਵਿਊ ਲੈ ਰਹੇ ਹਾਂ, ਔਰ ਮੈਂ ਜੋ ਅੱਜ ਜੁਆਇਨਿੰਗ ਕੀਤੀ ਆ, ਮੈਂ ਨਾ ਆਪਣਾ ਆਪ ਨੂੰ ਬਹੁਤ ਵੱਡਾ ਮਤਲਬ ਬਹੁਤ ਪਰੇਸ਼ਾਨੀ 'ਚ ਮਹਿਸੂਸ ਕਰ ਰਿਹਾ ਸੀਗਾ, ਕਿਉਂਕਿ ਦਾਸ 'ਤੇ 9-10 ਪਰਚੇ ਦਰਜ ਹੋਏ ਆ, ਉਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ 2013 'ਚ ਮੈਂ ਸਰਪੰਚ ਬਣਿਆ ਸੀ, 2018 ਤੱਕ ਉਸੇ ਪੀਰੀਅਡ ਦੇ ਵਿੱਚ ਮੇਰੇ 'ਤੇ ਲਗਾਤਾਰ ਮੇਰੇ ਔਰ ਮੇਰੇ ਬੇਟੇ 'ਤੇ ਔਰ ਸਾਡੇ ਇੱਕ ਡੇਰਾ ਜੋ ਕਿ ਦਾਨ ਕੀਤੀ ਹੋਈ ਪੈਲੀ ਆ, ਡੇਰਾ ਬਾਬਾ ਸ੍ਰੀ ਚੰਦ ਦੀ, ਉਹ ਕਿਸੇ ਦੀ ਜਾਇਦਾਦ ਨਹੀਂ, ਪ੍ਰੋਪਰਟੀ ਨਹੀਂ ਹੈਗੀ, ਉਸੇ ਬੇਸ 'ਤੇ ਮੇਰੇ 'ਤੇ ਲਗਾਤਾਰ ਪਰਚੇ ਦਰਜ ਹੋਏ ਆ, ਜੋ ਕਿ ਇੱਕ ਸ੍ਰੀ ਗੁਰੂ ਨਾਨਕ ਦੇਵ ਦੇ ਪਹਿਲੇ ਪੁੱਤਰ ਸੀਗੇ ਬਾਬਾ ਸ੍ਰੀ ਚੰਦ, ਉਹਦੀ ਡੇਰਿਆ ਸੀਗਾ, ਉਸ ਡੇਰੇ ਦੇ ਨਾਲ ਮੇਰਾ ਇੱਕ ਪਲਾਟ ਆ, ਉਸਦੀ ਕੰਧ ਡਿੱਗ ਪਈ ਔਰ ਜਿਹੜੇ ਧਨਾੜ ਬੰਦੇ ਸੀ ਉਹਨਾਂ ਨੇ ਮੈਨੂੰ ਇੰਨਾ ਜਲੀਲ ਕੀਤਾ, ਉਸ ਜਲੀਲ ਦੇ ਪੈਸੇ ਦੇ ਕੇ ਮੇਰੇ 'ਤੇ ਲਗਾਤਾਰ ਪਰਚੇ ਦਰਜ ਕਰਾਏ ਆ, ਕਿਉਂਕਿ ਪੁਲਿਸ ਨੂੰ ਤਾਂ ਪੈਸਾ ਚਾਹੀਦਾ, ਔਰ ਇਸੇ ਕਰਕੇ ਮੇਰੇ 'ਤੇ ਪਰਚੇ ਦਰਜ ਹੋਏ ਆ। ਅਤੇ ਮੈਂ ਆਪਣਾ ਮਨ ਬਣਾ ਲਿਆ ਵੀ ਮੈਂ ਪਾਰਟੀ 'ਚ ਰਹਿਣਾ ਨਹੀਂ ਗਾ, ਮੈਂ ਕਿਸੇ ਪਾਰਟੀ 'ਚ ਹੋਰ 'ਚ ਜਾਊਂਗਾ ਜਿਹੜੀ ਕੋਈ ਨੈਸ਼ਨਲ ਪਾਰਟੀ ਹੋਏ। ਪਾਰਟੀਆਂ ਦੋ ਹੀ ਆ ਭਾਰਤ ਦੇ ਵਿੱਚ, ਕਾਂਗਰਸ ਪਾਰਟੀ, ਨੈਸ਼ਨਲ ਪਾਰਟੀ ਆ ਔਰ ਭਾਰਤੀ ਜਨਤਾ ਪਾਰਟੀ। ਬਾਕੀ ਰਹੀ ਗੱਲ ਭਾਰਤੀ ਜਨਤਾ ਪਾਰਟੀ, ਬਹੁਤ ਅੱਛੀ ਪਾਰਟੀ ਆ, ਸੀਨੀਅਰ ਪਾਰਟੀ ਆ ਔਰ ਭਾਰਤ ਦੇ ਵਿੱਚ। ਇਸ ਦੌਰਾਨ ਬੀਜੇਪੀ ਦਾ ਬਹੁਤ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਕੈਪਟਨ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਕਿਸਾਨ ਅੰਦੋਲਨ ਨੂੰ ਲੈ ਕੇ? ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਜਾ ਕੇ ਬੈਠੇ ਆ, ਪਿੰਡਾਂ 'ਚ ਬੀਜੇਪੀ ਵਾਲਿਆਂ ਨੂੰ ਵੜਨ ਦਿੱਤਾ, ਤੁਸੀਂ ਉਹਨਾਂ ਦੇ ਕੋਲੋਂ ਕਹਿ ਰਹੇ ਹੋ ਕਿ ਅਸੀਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ, ਤੁਸੀਂ ਉਹਨਾਂ ਦੇ ਬੀਜੇਪੀ ਦਾ ਹੱਥਾਂ ਥੰਮ ਲਿਆ? ਦੇਖੋ ਜੀ, ਭਾਰਤੀ ਜਨਤਾ ਪਾਰਟੀ ਜੋਨ ਕਰਨ ਦਾ ਮੇਰਾ ਇੱਕੋ ਹੀ ਮਕਸਦ ਆ, ਜਿੰਨਾ ਚਿਰ ਆਪਾਂ ਕੋਈ ਕਿਸੇ ਦੀ ਆਵਾਜ਼ ਨਹੀਂ ਬੁਲੰਦ ਕਰਾਂਗੇ, ਬੋਲਾਂਗੇ ਨਹੀਂ, ਤਾਂ ਉਹ ਗੱਲ ਕਿੱਦਾਂ ਪਹੁੰਚੂਗੀ? ਮੈਨੂੰ ਪਤਾ ਇੱਕ ਸਾਲ ਤੋਂ ਲੋਕ ਲੱਗੇ ਹੋਏ ਆ, ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਪੂਰੇ ਭਾਰਤ ਦੀਆਂ, ਜਿੰਨੇ ਜਥੇਬੰਦੀਆਂ ਉਹਨਾਂ ਨੇ ਵੀ ਗੱਲ ਕੀਤੀ ਆ ਸਾਡੇ ਕ੍ਰਿਸ਼ੀ ਮੰਤਰੀ ਦੇ ਨਾਲ, ਨਹੀਂ ਮਸਲਾ ਹੱਲ ਹੋਇਆ। ਪਰ ਮੈਂ ਕਿਸਾਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਦੇਖੋ, ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ, ਠੀਕ ਹੈ ਜੀ, ਉਹਨਾਂ ਨੇ ਬਹੁਤ ਪੂਰੇ ਦੇਸ਼ ਨੂੰ ਦੇਖਣਾ ਹੁੰਦਾ, ਨਾ ਕਿ ਕਿਸੇ 2-4 ਸਟੇਟਾਂ ਨੂੰ ਦੇਖਣਾ। ਜੇ ਕੋਈ ਗੱਲਬਾਤ ਹੈਗੀ ਆ ਤਾਂ ਉਹਦੇ 'ਤੇ ਜਿਵੇਂ ਉਹਨਾਂ ਨੇ ਬਿਲਕੁਲ ਕਲੀਅਰ ਕਰਤਾ ਵੀ ਅਸੀਂ ਸੋਧ ਕਰ ਸਕਦੇ ਹਾਂ, ਵੀ ਕਾਨੂੰਨ ਜਿਹੜੇ ਰੱਦ ਹੋਣੇ ਬਹੁਤ ਮੁਸ਼ਕਲ ਆ। ਤਾਂ ਦਾਸ ਨੇ ਇੱਕੋ ਗੱਲ ਕੀਤੀ, ਜਿੱਦਾਂ ਮੇਰੀ ਪਹਿਲੇ ਦਿਨ ਮੀਟਿੰਗ ਹੋਈ ਆ, ਮੁਲਾਕਾਤ ਹੋਈ ਆ, ਅਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ, ਸਰ ਇਹ ਕਾਨੂੰਨ ਜਿਹੜੇ ਹੈਗੇ ਆ ਵੀ ਤੁਸੀਂ ਵਾਪਸ ਲੈ ਲਓ ਤਾਂ ਬਹੁਤ ਚੰਗੀ ਗੱਲ ਆ। ਤਕਰੀਬਨ 750 ਸਾਡਾ ਜਵਾਨ, ਜਿਹੜਾ ਸਾਡਾ ਮਤਲਬ ਬਜ਼ੁਰਗ, ਸਾਡੇ ਬੱਚੇ ਜਾਂ ਕੋਈ ਮਾਤਾਵਾਂ ਵੀ ਉੱਥੇ ਸ਼ਹੀਦ ਹੋਈਆਂ, ਤਾਂ ਉਹ ਸਾਨੂੰ ਬਹੁਤ ਦੁੱਖ ਆ ਉਸਦਾ। ਉਸ ਦੁੱਖ ਦੇ ਉੱਤੇ ਮੈਂ ਕਿਹਾ ਵੀ ਕਮ ਸੇ ਕਮ ਕੋਈ ਨਾ ਕੋਈ ਯਾਰ, ਅਸੀਂ ਸਾਡੇ ਜਿਹੜੇ ਪੰਜਾਬ ਦੇ ਲੀਡਰ ਆ ਉਹਨਾਂ ਨਾਲ ਗੱਲ ਕਰਾਂਗੇ ਬੈਠ ਕੇ, ਜਾਂ ਉਹਨਾਂ ਨੂੰ ਦੱਸਾਂਗੇ ਵੀ ਇਹ ਤੁਸੀਂ ਇਹ ਮਸਲੇ ਹੱਲ ਕਰੋ ਜੀ। ਕੈਪਟਨ ਸਾਹਿਬ, ਤੁਸੀਂ ਕੀ ਮੰਨਦੇ ਹੋ, ਇਹ ਖੇਤੀਬਾੜੀ ਕਾਨੂੰਨ ਠੀਕ ਹੈ ਜਾਂ ਗਲਤ ਹੈ, ਤੁਸੀਂ ਕੀ ਮੰਨਦੇ ਹੋ, ਤੁਹਾਡੀ ਓਬਜ਼ਰਵੇਸ਼ਨ ਕੀ ਕਹਿੰਦੀ ਹੈ? ਦੇਖੋ ਜੀ, ਜਿਸ ਤਰ੍ਹਾਂ ਜਿਹੜੇ ਸਰਕਾਰ ਕਹਿ ਰਹੀ ਆ ਅਤੇ ਕਾਨੂੰਨ ਸਾਡੇ ਇਹਨਾਂ ਦੇ ਫੇਵਰ 'ਚ ਆ, ਮੈਂ ਇੱਕ ਜ਼ਰੂਰ ਗੱਲ ਕਹੂੰਗਾ, ਜਿਹੜਾ ਆਪਣਾ ਹੁੰਦਾ ਨਾ ਕਿਸਾਨ ਅਤੇ ਉਹਦਾ ਆੜ੍ਹਤੀਆ, ਉਹਦੇ ਨਾਲ 9 ਮਾਸ ਦਾ ਰਿਸ਼ਤਾ, ਉਹ 9 ਮਾਸ ਦਾ ਰਿਸ਼ਤਾ ਐਂ ਆ, ਕਹਿੰਦੇ ਅਸੀਂ ਆੜ੍ਹਤੀਆ ਖਤਮ ਕਰਨ ਵਿੱਚ। ਨਹੀਂ ਜੀ, ਮੈਂ ਉਸ ਚੀਜ਼ ਨੇ ਮੈਂ ਬਿਲਕੁਲ ਨਹੀਂ ਕਹਿੰਦਾ, ਇਹੀ ਤਾਂ ਗੱਲਾਂ ਕਰਨੀਆਂ ਸੀ, ਹੋਰ ਸਾਡਾ ਜਾਣ ਦਾ ਕੀ ਕਾਰਨ ਆ? ਮੇਰੀ ਇਹ ਵੀਡੀਓ ਪਹਿਲਾਂ ਵੀ ਵਾਇਰਲ ਹੋ ਚੁੱਕੀ ਆ ਪਿਛਲੇ ਸਾਲ। ਮੈਂ ਇਹ ਗੱਲ ਕਹਿੰਦਾ ਵੀ ਜਿਹੜਾ ਕਿਸਾਨ ਆ ਅਤੇ ਆੜ੍ਹਤੀਆ, ਉਹਦਾ ਆਪਣੇ ਦਾ 9 ਆਪਣਾ ਕਹਿੰਦੇ ਨਾ 9 ਮਾਸ ਦਾ ਰਿਸ਼ਤਾ,
तो इस वीर मेरिया 9 मास का रिश्ता इन्हों का आढ़तीए का, क्योंकि जे किसी के लड़की का मैरिज आ तो उन्होंने जिनी जरूरत वो पैसे आढ़तीए तो लिया सकता। एक मिनट, इस तरह ही कोई परमात्मा ना करे किसी के वो घर के दुख तकलीफ आ जाती है, किसी की डैथ हो जाती है, कोई होर कोई एमरजेंसी आ जाती है, कोई होस्पिटल ढिला मठा जिन्होंने उन्होंने लोड़ आ लोड़ मुताबक वो पैसे आढ़ती तो लिया के अपना मसला हल कर सकता। मैं ये वड्डा मेरा पहला सवाल आ, इस करके असं चाहते हैं भी जे किसी ने गल करांगे जां किसी की आवाज़ उठावांगे तो क्यों नहीं कोई जरूर ना माड़ा मोटा जे आप किसी नूं कहांगे अतवादी आ अतवादी अतवादी आ तो फिर वह अतवादी नहीं बन जाता, पर जे उहदे ते उंगल आप लाई जावांगे तो वह जरूर बन जूगा। ठीक है जी, तो मेरी ये बेनती सी भी असी बिल्कुल पहरा दे इस शर्त ही तुसी बीजेपी शामिल होए हो कि खेतीबाड़ी कानून रद्द कराने पहले? बिल्कुल बिल्कुल, मैं इस करके ये जवान होया भी मैं सरदार जो साढ़े अश्विनी शर्मा जी आ उन्होंने पहले दिन ही यह गल कही सी भी किसान जिहड़े आ साढ़े किसान ते मजदूर, मैं मजदूर की तो नहीं गल करूँगा क्योंकि साढ़े मजदूर तो कोई मजदूर समझता ही नहीं गा ना कोई वो गल करता। आज वधिया सवाल किया क्योंकि कही जाते मजदूर मजदूर की गल करते हैं पर वीर मेरिया कोई मजदूर की गल नहीं होती, दसो मैंने दिहाड़ी वो बेचारे की अज भी 300 रुपया दिहाड़ी लै रहा मजदूर जदों के बाकी कितने की करेगा, वो खंड लियाऊगा चाह लियाऊगा पत्ती और दूसरा दुध लऊगा आटा लऊगा की लऊगा, वो तो गल ही नहीं कोई हो रही। सिर्फ जोड़े है ना किसान वो अपने ही राग लाभ दे पर मजदूर बैठा उत्थे 10 महीना 4 दिन उत्थे दिल्ली बॉडर से रहा, सिंघू बॉडर से भी गया, कुंडली बॉडर से भी गया, एक गाजीपुर बॉडर से भी गया, आपकी गड्डी लेके जाता मैं किसी तो एक निके पैसे का तेल नहीं पाया है। दास नूं दर्द आ क्योंकि दास को पेंशन आ इस करके दास उत्थे हाजरी अपनी लाउंदा रहा। तो मजदूरों की गल करते हो मजदूर तो जाके दिल्ली के बॉर्डर से बैठे नाल किसानों के किसान मजदूर एक तो जिंदाबाद के नारे लगते मैं कह रहा मैं ये गल कह रहा पर मजदूर की कदे गल हुई है किसी भी बंदे ने जत्थीबंदी ने गल की मजदूर की? साढ़े मजदूर बैठे उत्थे मैं तुम्हें आप दसदा भी मैं खुद 1 महीना 4 दिन मैं भी मजदूर का पुत्र हाँ मैं 1 महीना 4 दिन बॉर्डर से बैठा। कैप्टन साहब मैंने ये दसो अश्विनी शर्मा होना नाल प्रधान साहब होना थोड़ी गलबात होगी भी कानून रद्द कराने लगे? नहीं यार मेरी हुण फिर होनी है गल पहला हुई है हुण बार बार फोन आ रहा मैनू मैं जाना उन्हां कोले मैं इस विषय से गल करनी है तो मैं तुहानू बेनती करना कानून रद्द नहीं करते तो फिर छड़ दोगे पार्टी? एड्डी जल्दी तो नहीं हुण मैं अज सरोपा पाया अज ही छड़ दिया ये तो नहीं हो सकता। ठीक है ना जी, समा तो दो जिस हिसाब ना जो मान लो टाइम तो देवो टाइम मैं तो लवेंगे एडा गल नहीं हैगी, इलेक्शन आ रही है मूरे फिर पिंड च नहीं पाने देना किसी ने। ठीक है ना, कोई गल नहीं धन्यवाद थोड़ा। कैप्टन अमरिंदर सिंह होना की भी बड़ी चर्चा चल रही है कि कैप्टन अमरिंदर सिंह होने बीजेपी जा रहे हैं, चर्चा बहुत चल रही है। वो तो बड़ी महान शख्सियत आ जिहड़े के 2 बारी मुख्यमंत्री बने तो एवें नहीं बने, लोगों के दिल च उन्होंने वास्ते बहुत बड़ा प्यार आ सत्कारयोग आ बड़े सुलझे हुए आ क्योंकि वह एक अफसर रहे फौज के और जानते आ। ठीक है जी, और बाकी उदा भी किसानों के पुत्र आ ठीक है ना, किसान दे उन्होंने पता कि किसान की तकलीफा होंगे, बाकी फौज बारे भी उन्होंने पता सारा कुछ क्योंकि अफसर रहे हो। तो बाकी यह कि तुसी एक 2 मिनट मैं होर लेने थोड़े 1 मिनट होर लेना मैं थोड़े तो बंद कर दो मैनू एक सवाल का जवाब कि मैं एक सवाल लेना थोड़े तो कि मान लो खेतीबाड़ी कानून रद्द नहीं होंगे तो बीजेपी छड़ दोगे तुम? नहीं एड्डी छड़ी हूँ ए ना कहो भी हम बार बार एक ही सवाल तुम करते हैं भी बीजेपी छड़ दोगे बीजेपी हजे यार हजे तो मैं अरे घर भी नहीं पहुंचे अच्छे चंडीगढ़ ही फिरदा तो तुम हूँ ही कह लग गया सरोपा छड़ दोगे हादसे वाली गल कर दे नहीं ये सवाल नहीं है ना ये सवाल नहीं वधिया लड़ना फिर यार कमाल टिकट मिलूगी तो लड़ूंगा लड़ांगे इलेक्शन परमात्मा ने दम दिता की फ्यूचर देख दे कम मैं सरपंच रहा मैनू उंगल नहीं कर सकता मेरे तो कोई पॉइंट नहीं कर सकता की फ्यूचर देखते हो कैप्टन साहब तुसी पंजाब दे विच मैं इलाके च काम कराऊंगा। मैं पहली गल तो मैनू ना जिहड़े परचे नजायज करते आ फोन कर करके लोगों के दर्ज परचे होंदे आ ये मैं इहो जिहा काम नहीं होण दूंगा। ये तो खुद भी पीड़ित रहे हो जिदा दस्सिया परचा कल्चर बहुत लोगों नू ग्राउंड ते जे जाके देखिए तो पिंडां च माहौल बहुत खराब है करदा करदा ये नहीं होण दूंगा इहो जिहा काम मैं खिच दूंगा जिहड़े नजायज ही परचे दर्ज होंदे आ ना जे दास नू टिकट मिल भी गई तो भी हिला के रख दूंगा सीधी जी गल आ ये नजायज जिहड़े परचे होंदे आ दुखी बहुत आ बहुत दुखी आ दास भी दस्सिया कि बेटा थोड़ा जिहड़ा मेरा बेटा 6 फुट 1.5 इंच कद्दा जी जिहड़ा कि स्पोर्ट्समैन आ वधिया अज्ज कित्थे किसे मुकाम ते पहुंचा हुंदा पुलिस च भर्ती हो गया सी जिहड़ा कि अज्ज मजदूरी करदा तुरिया फिरदा। ठीक है जी, उह क्यों ब्रेक क्यों लग गई क्यों नहीं भर्ती हो पाए? भर्ती उहदा फिर परचे आ 8 परचे लगातार होए आ 14 तों लैके लगातार परचे होए जी दसो फिर हरेक आदमी तां
ਜਦੋਂ ਉਹਦੀ ਇਨਕੁਆਇਰੀ ਹੁੰਦੀ ਹੈ ਤਾਂ ਉਹ ਪਰਚਾ ਦਾ ਫਿਰ ਚੱਕ ਕੇ ਅਗਲਾ ਕਹਿੰਦਾ ਇਹ ਤਾਂ ਅਨਡਿਸਿਪਲਿਨ ਬੰਦਾ। ਠੀਕ ਹੈ ਨਾ, ਅਸੀਂ ਕੋਈ ਕਤਲ ਨਹੀਂ ਕੀਤਾ ਸੀਗਾ, ਲੇਕਿਨ ਪੈਸਾ ਚੱਲਦਾ ਅੱਜ ਕੱਲ੍ਹ, ਪੈਸਾ ਝੋਕ ਦਿਓ ਜੋ ਮਰਜ਼ੀ ਕਰਾ ਦਿਓ। ਪਿਛਲੇ ਸਾਲ ਮੇਰੇ ਪਿੰਡ ਦਾ ਕੋਈ ਸਰਪੰਚ ਨਹੀਂ, ਕੋਈ ਲੈਣਾ ਨਹੀਂ ਦੇਣਾ ਨੀਗਾ, ਉਸ ਬੰਦੇ ਨੇ ਤੱਕ ਪੈਸਾ ਉਹਦੇ ਕੋਲ, ਉਹ ਮੇਰੇ 'ਤੇ ਉਹਨੇ ਪਰਚਾ ਦਰਜ ਕਰਾ, ਮੈਂ IG ਸਾਹਿਬ ਨੂੰ ਮਿਲਿਆ, ਫਿਰ ਵੀ ਪਰਚਾ ਦਰਜ ਕਰਾਤਾ ਮੇਰੇ 'ਤੇ ਹੋ ਗਿਆ। ਦੱਸੋ ਯਾਰ, ਬੰਦਾ ਸਾਫ਼ ਸੁਥਰਾ ਜਿਹਨੇ 28 ਸਾਲ ਦੇਸ਼ ਦੀ ਸੇਵਾ ਕੀਤੀ ਹੋਵੇ, ਉਹ ਬੰਦੇ 'ਤੇ ਨਜਾਇਜ਼ ਪਰਚੇ ਹੋਣ ਅਤੇ ਉਹਨੂੰ ਦੁੱਖ ਨਹੀਂ ਹੈਗਾ, ਉਹਦੇ ਮੈਂ ਬਹੁਤ ਪਰੇਸ਼ਾਨ ਹਾਂ। ਠੀਕ ਹੈ ਜੀ, ਸਿਪਾਹੀ ਤੋਂ ਲੈ ਕੇ 28 ਸਾਲ ਦੇਸ਼ ਦੀ ਸੇਵਾ ਕੀਤੀ ਆ, ਵਧੀਆ ਬਹੁਤ ਵਧੀਆ ਸੀਨੀਅਰ ਅਫਸਰਾਂ ਦੇ ਨਾਲ ਨੌਕਰੀ ਕੀਤੀ ਆ, ਜੋ ਕਿ ਹਿੰਦੁਸਤਾਨ ਦੇ ਚੀਫ ਆਫ ਦੀ ਆਰਮੀ ਸਟਾਫ ਜਨਰਲ ਬਿਕਰਮ ਸਾਹਿਬ ਦੇ ਨਾਲ ਮੈਂ ਰਿਹਾ। ਕਿੱਥੇ ਕਿੱਥੇ ਪੋਸਟਿੰਗ ਰਹੀ ਕਿਪਟਨ? ਪੂਰੇ ਭਾਰਤ ਦੇ ਜਿੰਨੀਆਂ ਵੀ ਕਸ਼ਮੀਰ 'ਚ ਵਿੱਚ ਮੈਂ ਤਕਰੀਬਨ 13-14 ਸਾਲ ਕਸ਼ਮੀਰ 'ਚ ਰਿਹਾ, ਬਾਕੀ ਹਰੇਕ ਜਗ੍ਹਾ 'ਤੇ, ਅਸਾਮ 'ਚ ਰਿਹਾ, ਨੇਫਾ 'ਚ ਰਿਹਾ, ਮਤਲਬ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਰਿਹਾ ਮੈਂ, ਹਰੇਕ ਜਗ੍ਹਾ 'ਤੇ ਨੌਕਰੀ ਕਰਕੇ ਆਇਆ, ਡਿਊਟੀਆਂ ਵੀ ਕੀਤੀਆਂ, ਕੰਮ ਵੀ ਕੀਤੇ ਆ, ਅਤੇ ਬਸ ਹੁਣ ਤੁਸੀਂ ਮੇਰੀ ਧੰਨਵਾਦ, ਥੈਂਕ ਯੂ।